ਹਾਂਜੀ ਦੋਸਤੋ, ਮਾਈ ਡੈਸਟੀਨੇਸ਼ਨ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅੱਜ ਆਪਾਂ ਮੋਗਾ ਡਿਸਟ੍ਰਿਕਟ ਦੇ ਸ਼ਹਿਰ ਧਰਮਕੋਟ ਦੇ ਵਿੱਚ ਮਾਘੀ ਦੇ ਪਾਵਨ ਤਿਉਹਾਰ 'ਤੇ ਬੜੇ ਹੀ ਧੂਮਧਾਮ ਨਾਲ ਕਰਾਏ ਜਾਣ ਵਾਲੇ ਕਬੱਡੀ ਕੱਪ ਦਾ ਆਨੰਦ ਮਾਣਾਂਗੇ। ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਹੋਣ ਵਾਲਾ ਵਾ, ਆਓ ਦੇਖਦੇ ਹਾਂ। ਵੀਡੀਓ ਦੇ ਵਿੱਚ ਬਣੇ ਰਹੋ ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਮੇਰੇ ਚੈਨਲ ਮਾਈ ਡੈਸਟੀਨੇਸ਼ਨ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਵੀ ਨਾ ਭੁੱਲਿਓ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ। ਜਿਹੜੇ ਬਲਗਲੋ ਪਹਿਲਾ ਪਹੁੰਚਦਾ ਜਾਣਾ, ਬਹੁਤ ਬਹੁਤ ਧੰਨਵਾਦ ਹੈ। ਮਨ ਜੋਤ ਚਾਲ ਜਗਰੂਪ ਚਾਲ ਕਨੇਡਾ ਹਰਜਨ ਬਲਵਿੰਦਰ ਕੱਦੂ ਇਟਲੀ ਵਾਲਾ ਵੀਰ ਹੈ ਸਾਡਾ, ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਔਰ ਬਾਬਣ ਜੋਸ਼ਨ ਯੂ ਐਸ ਏ ਬਾਡੀ ਰੱਖ ਬਾਡੀ ਰੱਖ ਬਾਡੀ ਰੱਖ ਡਰ ਲੱਗ
ਮੇਰੇ ਮਿੱਤਰੋ
ਸ਼ਹਿਰਾਂ ਵਾਲੇ ਮਾਲ ਆ ਭਾਣੇ ਵਾਪਰ ਜਾਂਦੇ ਆ, ਕਾਟਾ ਪੈ ਜਾਂਦੀਆਂ। ਆਓ ਸਾਹਮਣੇ ਨੌਜਵਾਨ ਇਧਰਲੇ ਬੰਦੇ ਕੋਟ ਸੁਗੀ ਵਾਲਾ ਬਰਾੜ ਕਬੱਡੀ ਪਾ ਰਿਹਾ ਹੈ। ਬਾਜੇ ਦਾ ਹਰਜੀਤ ਦੁਨੀਆਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਾ ਹੈ। ਆਓ ਬਰਾੜ ਦਾ ਮੱਲ ਖੇਡ ਗਿਆ ਕਬੱਡੀ ਤਾਪ ਦੀ, ਇਹ ਵੀ ਕਹਿੰਦੇ ਬਰਾੜ ਕੋਟ ਸੁਗੀ ਪਿੰਡ ਵਾਲਾ ਕਬੱਡੀ ਪੁਆਇੰਟ ਨਿਭਰਿਆ ਹੋਇਆ। ਮੇਰੀ ਬੇਨਤੀ ਲੋਗਰ ਤੇ ਗਗੜਾ ਜਲਦੀ ਨਾਲ ਕਹਿੰਦੇ ਕੁਆਟਰ ਨਾਈ ਲਈ ਗਰਾਊਂਡ ਦੇ ਵਿੱਚ ਆ ਜਾਣਾ। ਪਹਿਲਾ ਕੁਆਟਰ ਸਮੇਂ ਸਿਰ ਕਹਿੰਦੇ ਕੁਦਰਤੀ ਰੋਸ਼ਨੀ ਅਮਰੀਕ ਨੇ ਕਿਹਾ ਵੀ ਅੱਜ ਦਾ ਮੇਲਾ ਉਧਰ ਕਹਿੰਦੇ ਵੱਡਾ ਮਾਨ ਮੇਰੇ ਮਿੱਤਰੋ ਅੱਜ ਦੇ ਦਿਨ ਦਾ ਹੋਵੇਗਾ। ਲੋਗਰੀਆ ਸਾਦਲਾ ਆਪਣੇ ਪਿੰਡ ਵਾਲੋ ਜਿਹੜਾ ਹੋਣਗੇ ਨਵੇੜੇ ਨਾਲ ਮੇਰੀ ਬੇਨਤੀ ਹੈ ਬਿੱਲਾ ਗਗੜੇ ਵਾਲਾ ਵੀਰ ਹੈ ਸਾਡਾ, ਆਪਣੀ ਟੀਮ ਨੂੰ ਲੈ ਕੇ ਮੈਦਾਨ ਦੇ ਵਿੱਚ ਆ ਜਾਵੇ। ਦੋ ਬੰਦੇ ਭਣਪੜ ਦੇ ਵਿੱਚੋਂ ਇੱਕ ਦਾ ਅਮਰਤ ਨਾਮ ਹੈ, ਇੱਕ ਦਾ ਗੁਲਾਬ ਨਾਮ ਹੈ। ਆਉਣ ਵਾਲੇ ਟਾਈਮ ਦੇ ਕੋਲ ਗੋਲੀਆਂ ਤੇਰੇ ਵੱਲੋਂ ਇਹ ਮੁੰਡਿਆਂ ਦੇ ਚਰਚੇ ਛੋਟੀ ਉਮਰ ਦੇ ਵਿੱਚ ਹੋ ਜਾ ਰਹੇ ਹੈ। ਛੋਟੀ ਉਮਰ ਦੇ ਸੋਧੀ ਇੰਗਲੈਂਡ ਖੇਡਿਆ ਕੇਵਲ ਗੁੰਮਿਆਂ ਵੱਲ ਦੀ ਬਣਾਉਣ ਦਾ, ਇੱਧਰ ਕਹਿੰਦੇ ਹੈਰੀਆਂ ਨੌਜਵਾਨ ਸਾਹਮਣੇ ਕਹਿੰਦੇ ਮੀਮੀਏ ਪਿੰਡ ਵਾਲਾ ਲਾ ਤਗੜਾ ਜੱਟਾ। ਆਹ ਕਹਿੰਦੇ ਹਰਿੰਦਰ ਦੀ ਪਾਈ ਰੇਡ, ਆਹ ਦਿੱਲੀ ਵਾਲਿਆਂ ਤਿਆਰੀ ਫੜਦਾ, ਉਹ ਦਿੱਲੀ ਵਾਲਿਆਂ ਤਿਆਰੀ ਫੜਦਾ। ਪਰ ਫੈਸਲਾ ਕੀ ਹੈ, ਦਲਬਰ ਝਨੇਰ ਗੁੱਟੋ ਫੜ ਕੇ ਮਾਰੇ ਕਹਿੰਦੀ ਪ੍ਰੇਮ ਝਨੇਰਾ ਦਾ, ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ। ਅਗਲੇ ਬੱਚਿਆਂ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚ ਜਾਣ। ਚਾਰ ਸਵੇਰੇ ਲੋਕ ਬੈਠੇ ਆ ਗਰਾਊਂਡ ਦੇ ਵਿੱਚ, ਪਲੇਅਰ ਤੇ ਸਤਿਕਾਰਯੋਗ ਸ਼ਖਸੀਅਤ ਬੈਠੇ ਨੇ ਸਟੇਜ ਦੇ ਸ਼ਿਸ਼ੋਬਤ ਹੈ। ਜਦੋਂ ਚਾਰ ਸਵੇਰੇ ਧਿਆਨ ਆ ਰਹੇ ਹੈ ਤੇ ਇਹ ਲੱਗਦਾ ਵੀ ਸੋਭਾ ਸਿੰਘ ਦੇ ਕੋਈ ਰੀਝਾਂ ਦਾ ਤਸਵੀਰ ਬਣਾਈ ਹੁੰਦੀ ਹੈ, ਜਿਹਦਾ ਮਾਹੌਲ ਸੋਹਣਾ। ਬਾਕੀ ਦਾ ਮੇਲਾ ਮੇਰੇ ਮਿੱਤਰੋ ਪਵਿੱਤਰ ਅਖਾੜਾ ਅੱਜ ਵੱਡੇ ਪੱਧਰ ਤੇ ਬਣਾਇਆ ਜਾ ਰਿਹਾ। ਹਰ ਇੱਕ ਨੂੰ ਚਾਹ ਹੁੰਦਾ ਆਹ ਮਿਲਦਾ ਆਹ ਮੇਲੇ ਦਾ ਬਿਆਹ ਜਿਹੜਾ ਕਬੱਡੀ ਵੀ ਕਿਵੇਂ ਬਹਾਰ ਖੜੀ ਹੋਈ ਹੈ। ਰੱਬ ਰੂਪੀ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ ਹੈ। ਇਹ ਲੋਕ ਰੱਬ ਹੈ ਸਾਡੇ ਲਈ, ਕਿਉਂਕਿ ਇਤਨੇ ਦੀ ਹੋਂਦ ਤੇ ਸ਼ੱਕ ਸੀ, ਸ਼ੱਕ ਹੈ ਤੇ ਸ਼ੱਕ ਰੇੜੀ ਹੈ। ਰੱਬ ਜਿਹੜਾ ਸਾਡੇ ਕੋਲ ਇਹ ਰੱਬ ਹੈ ਸਾਡਾ, ਸਾਡੀਆਂ ਮਾਵਾਂ ਰੱਬ ਨੇ ਸਾਡੇ ਲਈ, ਕਿਉਂਕਿ ਰੱਬ ਦੀ ਹੋਂਦ ਤੇ ਸ਼ੱਕ ਰੇੜੀ ਹੈ। ਆਓ ਕਹਿੰਦੇ ਕਬੱਡੀ ਮੈਚ ਪੁਰਾਣੀ ਸੀੜੀ ਅੱਗੇ ਰੁਕ ਰੁਕ ਕੇ ਚੱਲਦਾ, ਕਰੀਏ ਸ਼ੁਰੂ। ਅੱਜ ਦੇ ਮੇਲੇ ਦੇ ਬੀਬੀ ਸਾਹਿਬ ਦੇ ਦੋ ਸਨਮਾਨ ਕੀਤੇ ਜਾਣੇ ਆ। ਅੱਜ ਕਹਿੰਦੇ ਅੱਜ ਕੇਲੇ ਨੇ ਉਸਤਾਦ ਦਾ ਸਨਮਾਨ ਕਰਨਾ ਹੈ। ਲੱਖਾ ਧਰਮ ਕੁੰਡੀਆ ਵੀਰ ਹੈ ਸਾਡਾ ਦਰਸ਼ਨ ਸਿੰਘ ਜੀ, ਵੈਦਵਾਨ ਅਮਰੀਕਾ ਤੋਂ। ਇਹ ਵੱਡਾ ਮਾਨ ਹੋਵੇਗਾ ਖੇਡ ਕਬੱਡੀ ਦਾ, 11,000 ਦੀ ਨਗਦ ਰਾਸ਼ੀ ਦੇ ਨਾਲ ਉਹਨਾਂ ਵੀਰਾਂ ਵੱਲੋਂ ਸਨਮਾਨ ਹੈ, ਤੇ 61,000 ਰੁਪਏ ਦੀ ਨਗਦ ਰਾਸ਼ੀ ਦੇ ਨਾਲ ਰਾਜਵਿੰਦਰ ਹੇਰ ਕੈਨੇਡਾ, ਤੇਜਿੰਦਰ ਗਿੱਲ ਨੂਰਪੁਰਾ ਪਿੰਡ ਹੈ ਜਿਹਨਾਂ ਦਾ ਯੂਕੇ ਦੇ ਵਿੱਚ ਵੱਸਦੇ ਆ, ਤੇ ਲੱਖਾ ਪ੍ਰਸਿੱਧ ਕਬੱਡੀ ਖਿਡਾਰੀ ਯੂਕੇ ਵੀਰਾਂ ਵੱਲੋਂ 61,000 ਦੀ ਨਗਦ ਰਾਸ਼ੀ ਦੇ ਨਾਲ ਵੱਡੇ ਸਨਮਾਨ ਕੀਤੇ ਜਾਣਗੇ। ਗਗੜਾ ਤੇ ਲੋਹਗੜ ਦੋ ਟੀਮਾਂ ਮੈਦਾਨ ਦੇ ਵੱਲ ਆ ਜਾਣ, ਗਗੜਾ ਤੇ ਲੋਹਗੜ ਸਾਰੇ ਰੈਫਰੀਆਂ ਦਾ, ਸਾਰੇ ਅੰਦਾਜ਼ੀ ਵੀਰਾਂ ਦਾ। ਉਧਰ ਬਾਬੀ ਸਿੱਧੂ ਵੱਡਾ ਵੀਰ ਹੈ ਸਾਡਾ ਅਮਰੀਕਾ ਤੋਂ, ਪਹਿਲਾ ਪ੍ਰਾਈਜ਼ ਕਹਿੰਦੇ ਲੱਖ। ਇਧਰਲੇ ਬੰਦੇ ਕੌਣ ਹੈ, ਲਵਪ੍ਰੀਤ ਪਾਪਾ ਦਾ ਫਿਰ ਕਬੱਡੀ ਦਾ ਬਿੱਲੀ ਮੇਰੇ ਮਿੱਤਰੋ, ਆਹ ਪਾਪਾ ਵੱਜਦੇ ਆ ਲੱਗਦਾ ਜੋ ਹਰ ਬਾਬੀ ਦੇ ਕੰਡ ਪਿੱਛੇ ਚੱਕਣੀ ਬੜੀ ਸੌਖੀ ਗਾਰ ਮਿੱਤਰੋ, ਪਤਾ ਲੱਗਦਾ ਮੈਦਾਨ ਵਿੱਚ ਆ ਕੇ। ਆਹ ਹੱਥ ਜਦੋਂ ਜੁੜਦੇ ਬੇਗਾਨੇ ਪੁੱਤਾਂ ਨਾਲ ਮਿੱਤਰੋ, ਜਦੋਂ ਬੇਗਾਨੇ ਦੇ ਹੱਥ ਜੁੜਦੇ ਆ ਫਿਰ ਪਤਾ ਲੱਗਦਾ ਘਰੇ ਤੇ ਸ਼ੀਸ਼ੇ ਮੂਹਰੇ ਹਰ ਕੋਈ ਥਾਪੀਆਂ ਮਾਰਦਾ। ਇੱਧਰ ਕਿਹੜੇ ਅਮਰ ਚੁੱਸਦੇ ਨੇ ਜਿਹੜੇ ਪਾਸੇ ਬਿੱਲੀ ਹੋਣੀ ਹੈ, ਨੰਬਰ ਕਿਹੜੇ ਉਹਨਾਂ ਨੂੰ ਪੈ ਗਿਆ ਮੇਰੇ ਮਿੱਤਰੋ। ਸਰਬੰਤ ਕਹਿੰਦਾ ਬਿਰੋਧ ਧੰਨਵਾਦ ਹੈ, ਉਹ ਪੁੱਛੇ ਬੜਾ ਗਰਾਊਂਡ ਚ ਅੱਜ ਮੱਛਰ ਨਹੀਂ ਵੜ ਦਿੱਤਾ। ਸਾਡਾ ਕਾਲਾ ਬਾਗੜੀਆਂ ਵਾਲਾ ਸੱਦੇ ਦੇ ਰਿਹਾ ਹੈ ਵੀ 7 ਫਰਵਰੀ ਬਾਗੜੀਆਂ ਦੀ ਚੈਂਪੀਅਨਸ਼ਿਪ ਹੋਵੇਗੀ,
ਉਹਦੇ ਵੀ ਵੱਖਰੇ ਨਜ਼ਾਰੇ ਵੇਖਣ ਨੂੰ ਮਿਲਣਗੇ। ਬਹੁਤ ਧੰਨਵਾਦ ਕਰਦੇ ਹਾਂ, ਉਹਦੇ ਲਈ ਵੀ ਆਪ ਨੂੰ ਸਭ ਨੂੰ ਸੱਦੇ ਹੈ। ਗੁਰੀ ਆ ਗਿਆ ਧਨੇਰ ਪਿੰਡ ਵਾਲਾ, ਲੋਗਰ ਦੀ ਟੀਮ ਵੀ ਚੋਟੀ ਦੀ ਹੈ ਤੇ ਮੁੰਡੇ ਗਗੜੇ ਵਾਲੇ ਲੱਖੇ ਧਰਮ ਕੋਟੀਏ ਛੋਟੇ ਭਰਾ ਦੀ ਸਪੋਂਸਰ ਕੀਤੀ ਟੀਮ ਨਾਲ ਤੇਜਿੰਦਰ ਗਿੱਲ ਨੂਰਪੁਰੇ ਵਾਲਾ ਯੂਕੇ ਵਿੱਚ ਰਹਿੰਦਾ ਭਰਾ ਸਾਡਾ, ਵੱਡਾ ਮਾਨ ਹੈ ਉਹਨਾਂ ਦੀ ਕਹਿੰਦੇ ਸਪੋਂਸਰ ਕੀਤੀ ਟੀਮ ਗਗੜੇ ਵੀ ਹੈ। ਬੁਰਜ ਸਾਰੀ ਦੁਨੀਆ ਨੂੰ ਯਾਦ ਹੈ, ਇਸ ਇਲਾਕੇ ਨੂੰ ਯਾਦ ਹੈ, ਸਵਰਾਜ ਟਰੈਕਟਰ ਜਿੱਤਿਆ ਡੱਗੂ ਵਾਲਾ। ਇੱਕ ਵਾਰੀ ਹੱਥ ਖੜੇ ਕਰ ਮੱਲਾ, ਤਾੜੀਆਂ ਮਾਰਦੇ ਨੌਜਵਾਨ ਨੇ ਮੇਰੇ ਮਿੱਤਰੋ, ਦੁਨੀਆਂ ਦੇ ਵੱਡੇ ਸਟਾਰ ਅੱਜ ਕਹਿੰਦੇ ਬਿੱਲੇ ਦਾ ਯਾਰੀਆ ਪਕਾਉਣ ਲਈ ਆਓ ਸਾਡਾ ਭਰਾ ਡੱਗੂ ਵਾਲਾ ਸ਼ਰਨਾ ਮੈਦਾਨ ਦੇ ਵਿੱਚ ਆ ਗਿਆ। ਲੱਖਾਂ ਧਰਮ ਕੋਟੀਆ ਨਾਲ ਤੇਜਿੰਦਰ ਗਿੱਲ ਨੂਰਪੁਰੇ ਵਾਲੇ ਯੂਕੇ ਤੋਂ, ਜਿਹਨਾਂ ਨੇ ਕਹਿੰਦੇ ਗਗੜੇ ਦੀ ਟੀਮ ਸਪੋਂਸਰ ਕੀਤੀ ਹੈ। ਘਰ ਦਾ ਮੇਲਾ ਘਰ ਦੇ ਮੱਲ ਹੋਊ ਵੱਖਰੀ ਗੱਲ, ਪੈਰੀ ਕੁਸ਼ਨ ਕਰੀਆ ਜਾਫੀਆਂ ਦੇ ਧਾਵੀਆਂ ਨੂੰ ਕਹਿੰਦੇ ਵੱਖਰੀ ਦੀ ਠੱਲ। ਆਓ ਤਗੜਾ ਮੈਚ ਅਮਰੀਕ ਧਨੇਰ ਪਿੰਡ ਵਾਲਾ ਗੁਰੀ ਤਿਆਰ, ਆਓ ਸਾਹਮਣੇ ਦੇ ਪਿੰਡ ਦੀ ਜਿਹੜੇ 19 ਤਰੀਕ ਵਾਟਾਂ ਵੱਢਦੀ ਭੱਜੀ ਆ ਗਈ ਹੈ, ਪਰ ਉਹ ਕਹਿੰਦੇ ਢੇਵਾਂ ਦੇ ਵਿੱਚ ਮੇਜਰ ਲਈ ਖੇਡੂ, ਪਰਸੋਂ ਮੱਛੇਵਾੜ ਪਿੱਛੇਵਾੜੇ, ਚੌਥੇ ਕਹਿੰਦੇ ਤਖਤੂ ਬੁਰੇ, ਪੰਜਵੇਂ ਚੋਲਾ ਸਾਹਿਬ, ਛੇਵੇਂ ਧਨੇਰ, ਸੱਤਵੇਂ ਪਖੋਵਾ, ਅੱਠਵੇਂ ਨੁਸਾਰਨਾ, ਨੌਵੇਂ ਕਹਿੰਦੇ ਅਮਰਗੜ੍ਹ ਕਲੇਰ, ਤੇ ਦਸਵੇਂ ਬੇਦਾ ਜਦੋਂ ਬਾਅਦ ਮੇਲਾ ਉਹ ਪਿੱਟੂ ਦਿਵਾਲ ਦੀ ਰਾਮ ਦੇ ਵਿੱਚ, ਕਹਿੰਦੇ ਦਿਵਾਲ ਦੇ ਵਿੱਚ ਮੇਲਾ ਲੱਗੇਗਾ। ਬੇਨਤੀ ਹੈ ਕਿਰਪਾ ਕਰਕੇ ਜਲਦੀ ਦੇ ਨਾਲ ਸੁਨੇਹ ਤੇ ਮੋਹਰਾ ਕਬੱਡੀ ਫਤਿਹਗੜ੍ਹ ਸਭਰਾਵਾਂ ਦੀ ਟੀਮ ਨੂੰ ਬੇਨਤੀ ਹੈ ਵੀ ਦੁੱਲੀ ਭਾਈ ਨਾਲ ਮੁਕਾਬਲਾ ਖੇਡਿਆ ਜਾਵੇਗਾ। ਉਹ ਦਿਨੇ ਦਿਨੇ ਮੈਚ ਹੋਣਗੇ, ਇਧਰ ਖਾਰੇ ਵਾਲਾ ਵਿੱਕੀ ਕੋਸ਼ਿਸ਼ ਕਰਦਾ ਜਿਹੜਾ ਯੂਰਪ ਖੇਡਿਆ, ਅਗਲੀ ਰੇਡ ਘਰਾਚੋ ਵਾਲੇ ਦੀ ਤੇ ਅਮਰੀਕ ਗੱਲ ਕਰਦਾ। ਉਹ ਸਾਹਮਣੇ ਕਹਿੰਦੇ ਸ਼ਸ਼ੀ ਹੈ ਘਰਾਚੋ ਪਿੰਡ ਦਾ, ਕਿਤੇ ਗੱਲ ਕਹਿੰਦੇ ਬਰਨਾਲੇ ਦੀ, ਆਓ ਕਹਿੰਦੇ ਸੰਗਰੂਰ ਦੀ ਗੱਲ ਚੱਲਦੀ ਹੈ, ਘਰਾਚੋ ਪਿੰਡ ਦਾ ਕਹਿੰਦੇ ਸੋਮਾ ਬਹੁਤ ਸੋਹਣਾ ਖੇਡਿਆ, ਇਹ ਕਹਿੰਦੇ ਉਹਨਾਂ ਦੇ ਪਿੰਡ ਦਾ ਮੁੰਡਾ ਹੈ ਫੇਰ, ਉਹ ਸ਼ਸ਼ੀ ਘਰਾਚੋ ਹੈ, ਉਹ ਕਬੱਡੀ ਪਿਆਰਿਆ ਮੇਰੇ ਬੱਚੇ, ਕਹਿੰਦੇ ਕਹਿੰਦੇ ਸ਼ਸ਼ੀ ਆਪਣੀ ਟੀਮ ਦੇ ਲਈ ਜੋੜ ਲਿਆ ਆਇਆ, ਇਹਦਾ ਕਹਿੰਦੇ ਜ਼ਿਲ੍ਹਾ ਲੁਧਿਆਣਾ ਪਿੰਡ ਕਹਿੰਦੇ ਜਿਹੜੇ ਲੁਧਿਆਣੇ ਨੇ ਉਹ ਖਤਮ ਹੀ ਕਰਦੇ ਆ, ਫਿਰ ਇੱਧਰ ਕਹਿੰਦੇ ਗੋਲਡੀਆਂ ਮੱਜੋਆਂ ਨੇ ਪਿੰਡ ਦਾ ਰੇਡ ਪੂਰ ਜਿਹੜੀ ਵਧਿਆ ਹੋਇਆ, ਗੋਲਡੀ ਕਹਿੰਦੇ ਮੱਜੋਆਂ ਕਬੱਡੀ ਭਾਰਿਆ, ਲੋਗਰ ਪਿੰਡ ਵੀ ਵੱਡਾ, ਸਰਦਾਰ ਮੱਖਣ ਸਿੰਘ ਜੀ ਸਮਰਾ ਲੋਗਰ ਵੱਡੇ ਮਾਣ ਵਾਲੀ ਕਬੱਡੀ ਦੀ ਦੁਨੀਆ ਦੇ ਵਿੱਚ ਉਹਨਾਂ ਨੇ ਪਾਏ ਪਿਆਣੇ ਤੇ ਸਰਦਾਰ ਸੁਖਵਿੰਦਰ ਸਿੰਘ ਜੀ ਸਮਰਾ ਲੋਗਰ ਅਮਰੀਕਾ ਵਾਲੇ ਮਾਣ ਵਧਾਉਂਦੇ ਆ, ਕਿਸਮਤ ਬਾਈ ਚੇਤੇ ਤੌਰ ਤੇ ਪੁੱਜਿਆ ਹੋਇਆ, ਆਹ ਪੈਂਦੀ ਫਿਰ ਰੇਡ ਲੋਗਰ ਤੇ ਗਗੜੇ ਦਾ ਮੈਚ ਚੱਲਦਾ, ਆਹ ਪੱਲਾ ਗਗੜੇ ਵਾਲਾ ਕਹਿੰਦੇ ਲੱਖੇ ਧਰਮ ਕੋਟੀ ਦਾ ਸਾਥੀ ਲਾ ਤਗੜਾ ਜੱਫਾ ਬੰਦੇ ਬੰਦੇ ਕਰਵਾਉਂਦਾ, ਉਹ ਜੁਗ ਜੁਗ ਵੱਸਦਾ ਰਿਹਾ ਧਰਮ ਕੋਟੀ ਹੈ, ਲਿਖਿਆ ਭਰਾ ਕਹਿੰਦੇ ਮਾਨ ਹੈ ਖੇਡ ਕਬੱਡੀ ਦਾ, ਬਾਹਲੀ ਟੈਨਸ਼ਨ ਕਰਦੇ ਮੇਲੇ ਦੀ ਹੈ, ਯਾਰੀਆਂ ਬਣਾਉਂਦਾ ਤੇ ਗੱਲਾਂ ਵੱਡੀਆਂ ਕਰਦਾ ਧਰਮ ਕੁੱਟੀਆਂ ਲੱਖਾਂ ਤੇ ਗਿੱਲ ਪਰਿਵਾਰ ਦਾ, ਕਹਿੰਦੇ ਨੂਰਪੁਰੀਆ ਤੇਜਿੰਦਰ ਯੂਕੇ ਤੋਂ ਵੱਡੇ ਮਾਨ ਪਿਆਰ ਅੱਜ ਦੇ ਮੇਲੇ ਲਈ, ਅੱਜ ਦੇ ਇਸ ਟੀਮ ਦੇ ਲਈ ਸਤਿਕਾਰ ਹੈ, ਪਿੱਲਿਆ ਮੇਲਾ ਘਰ ਦਾ ਚੱਲਦਾ, ਉਹ ਪਿੱਲਿਆ ਮੇਲਾ ਘਰ ਦਾ ਚੱਲਦਾ, ਰਣਜੀਤ ਅਮਰੀਕਾ ਵਾਲੇ ਨੇ ਮੋਟਰਸਾਈਕਲ ਦੇਣਾ, ਇੱਕ ਮੋਟਰਸਾਈਕਲ ਪ੍ਰਵਾਨ
ਪ੍ਰਾਈਜ਼ ਨਹੀਂ ਦੇਣਾ ਮੇਰੇ ਮਿੱਤਰੋ, ਬੈਸਟ ਰੇਡਰ ਦੇ ਯਾਫੀ ਨੂੰ ਮੋਟਰਸਾਈਕਲ, ਪਹਿਲਾ ਪ੍ਰਾਈਜ਼ ਕਹਿੰਦੇ ਬੋਬੀ ਸਿੱਧੂ ਅਮਰੀਕਾ ਵਾਲੇ ਨੇ ਲੱਖ ਦੇਣਾ, ਆਹ ਪੈਂਦੀ ਫਿਰ ਰੇਡ ਉਧਰ ਗੱਗੋ ਵਾਲਾ ਸ਼ਰਨਾ ਲਾਊ ਜੱਫਾ ਕਹਿੰਦਾ ਚੋਲਾ ਵੱਡੂ ਆਟਾ ਮੇਰੇ ਮਿੱਤਰੋ, ਇਹ ਬੱਲੇ ਬੱਲੇ ਇਹ ਬੱਲੇ ਬੱਲੇ ਇਹ ਬੱਲੇ 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 ਅਰਜਣ ਮੰਗੀ ਸ਼ਰਮਾ ਨਗੋਰ ਅਰਜਣ ਗੋਰੇਵਾਲ ਜਸਦਾ ਪੈਣੂ ਇਹ ਚੜ੍ਹ ਕੇ ਲੱਗਦਾ ਉਧਰ ਕਹਿੰਦੇ ਲੱਛੂ ਫੁਰੇਵਾਲ ਜੀ ਦੋਨੋਂ ਬੁਲਾਏ ਦੇ ਲਈ ਬਹੁਤ ਵੱਡਾ ਪਿਆਰ ਬਹੁਤ ਵੱਡਾ ਸਤਿਕਾਰ, ਉਹ ਕੋਈ ਕੋਈ ਹੁੰਦਾ ਕੋਈ ਕੋਈ ਹੁੰਦਾ ਰਾਮਗੜ
ਬਾਰਿਸ਼ ਦੇ ਹੇਠ ਤੇ ਮੋੜਾ ਬੰਦ ਪਿਛਲੇ ਸਾਲ ਦੋੜਾ ਹੋਇਆ ਇਹ ਮੁੰਡਾ ਕਿਹੜੇ ਉਹ ਮੇਰੇ ਉਹ ਪ੍ਰਸਤ ਹੋਇਆ ਜਦੋਂ ਪਿੰਡ ਆਇਆ ਉਹ ਪਿੰਡ ਨੇ ਕਿਹੜੇ ਸਵਾਗਤ ਕੀਤਾ ਪਿਆਰ ਦਿੱਤਾ ਸਤਿਕਾਰ ਦਿੱਤਾ ਇਹ ਕਿਹੜੇ ਪਿੰਡ ਦੇ ਨਾਲ ਖੜਿਆ ਹੋਇਆ ਹੈ ਕਈ ਕਿਹੜੇ ਸਨਮਾਨ ਮਿਲ ਜਾਂਦੇ ਆ ਬੀਬੀ ਸਾਹਿਬ ਕਈ ਪਿੰਡ ਨੂੰ ਭੁੱਲ ਜਾਂਦੇ ਆ ਜਿਹੜੇ ਪਿੰਡ ਦੇ ਬੰਦੇ ਸਾਨੂੰ ਨਹੀਂ ਬਣਾਉਂਦੇ ਉਹ ਪਿੰਡ ਸਾਡੇ ਲਈ ਸਾਡੀ ਮਾਂ ਹੁੰਦੀ ਹੈ ਉਹ ਸਾਡਾ ਪਿੰਡ ਸਾਡੇ ਲਈ ਵੱਡੇ ਚਰਚੇ ਹੈ ਫਿਰ ਕਬੱਡੀ ਵੱਡੀ ਹੈ ਲਾ ਕੇ
ਆਪਾਂ ਦਾ ਮੱਲ ਭਰਦੇ ਵੇਖਣੇ ਆ। ਦੇਵ ਮੈਂ ਦਾਰਾ ਤੁਰਿਆ ਚੀਮੜੇ ਵਾਲੇ ਦੇ ਸੁੱਖੇ ਬਾਈ ਦੇ ਪਿੰਡਾਂ ਦਾ
ਸੀਮੇ ਬਾਈ ਦੇ ਪਿੰਡਾਂ ਦਾ ਪ੍ਰਜੈਂਟ ਕਹਿੰਦੇ ਵਾਗੇ ਬਾਰੇ ਚਾਹੁੰਦਾ ਹੈ। ਆਹ ਪੂਰੀਆਂ ਰਿਸ਼ਤੇਦਾਰੀਆਂ ਪੂਰਾ ਪਿਆਰ ਹੈ ਕਲਿਆਣਪੁਰ ਦੇ ਨਾਲ। ਆਏ ਸਾਲ ਵਾਗੇ ਬਾਰੇ ਵਿੱਚ ਕਹਿੰਦੇ ਗਲੈਣ ਪਵਾ ਕੇ ਵੱਡਾ ਮੱਲ ਵੱਡਾ ਮੇਲਾ ਕਰਾਉਂਦਾ। ਇੱਧਰ ਸਰੇਰ ਪਿੰਡ ਵਾਲੇ ਰਾਜੂ ਦੀ ਪਾਈ ਰੋਡ ਕਮਲ ਬਰਾੜ ਮੀਆਂ ਵਾਲਾ ਮਾਨ ਕਰਦਾ ਮੁੰਡਿਆਂ ਦੀ ਫੇਰ ਪੇਪਰ ਮੇਰੇ ਮਿੱਤਰੋ। ਆਹ ਤਗੜਾ ਮੈਚ ਖੇਡਿਆ ਜਾ ਰਿਹਾ ਹੈ ਫਤਿਹਗੜ੍ਹ ਸਭਰਾ ਤੇ ਬਰੋਲੀ ਭਾਈ। ਅਗਲੇ ਮੈਚ ਦੇ ਗਰਾਊਂਡ ਦੇ ਵਿੱਚ ਆ ਜਾਣਗੇ ਫਤਿਹਗੜ੍ਹ ਸਭਰਾ ਤੇ ਬਰੋਲੀ ਭਾਈ। ਫੁੱਟਰਾਂ ਦੀ ਟੀਮ ਆਪਣੀ ਤਿਆਰੀ ਕਰਦੇ ਫੁੱਟਰ। ਜਿਹੜੀ ਟੀਮ ਆਹ ਮੈਚ ਦੀ ਜੇਤੂ ਹੋਵੇਗੀ ਉਹਦਾ ਪਹਿਲਾ ਸੈਮੀ ਮੈਚ ਫੁੱਟਰ ਪਿੰਡ ਦੀ ਟੀਮ ਨਾਲ ਖੇਡਿਆ ਜਾਵੇਗਾ। ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ। ਅੱਜ ਦਾ ਮੇਲਾ ਬੜੇ ਟਾਈਮ ਸਿਰ ਸਮੇਂ ਨਾਲ ਖੇਡਿਆ ਜਾਵੇਗਾ। ਹੈਪੀ ਭਾਂਗਰ ਆਓ ਫੇਰ ਕਬੱਡੀ ਦਾ ਵੱਡਾ ਮੇਲਾ ਅੱਜ ਦਿੱਤਾ ਪੈਂਦੀ ਡਾਕਟਰ ਸਾਹਿਬ ਕਹਿੰਦੇ ਸਾਡੇ ਸ਼ਹਿਰ ਦੇ ਵਿੱਚ ਕਬੱਡੀ ਨੂੰ ਕਬੱਡੀ ਕਹਿੰਦੇ ਆ ਜਗਰਾਤਾ ਨਹੀਂ ਆਖਿਆ ਜਾਂਦਾ ਕਿਉਂਕਿ ਕਬੱਡੀ ਦਾ ਮਤਲਬ ਕਬੱਡੇ ਕਿਉਂਕਿ ਫਿਰ ਜਿਹੜੇ ਪਰਮਾਤਮਾ ਹਰ ਸਾਲ ਵਧੀਆ ਸੁੱਖ ਦੇਖਣ ਨੂੰ ਮਿਲਦਾ। ਆਹ ਧਰਤੀ ਦੇ ਡਿਸਿਪਲਿਨ ਕਹਿੰਦੇ ਜੀ ਨੂੰ ਹੈ ਹੁਣ ਸ਼ਾਸਨ ਕਹਿੰਦੇ ਜੀ ਨੂੰ ਹੈ ਇਹ ਧਰਤੀ ਤੇ ਦੇਖਣ ਨੂੰ ਮਿਲਦਾ। ਅਸੀਂ ਦਲੇਰਤਾ ਮਨ ਕਰਦੇ ਹਾਂ ਭਰਾਵਾਂ ਦਾ ਉਧਰ ਕਹਿੰਦੇ ਸਾਡੇ ਅੰਗਰੇਜ਼ ਦਾ ਸਨਮਾਨ ਜਸਵੰਤ ਸਿੰਘ ਜੀ ਪੱਟ ਵਾਲੇ ਬਾਈ ਸੁਖਵਿੰਦਰ ਰਿੰਕੂ ਧੋਨੇਵਾਲ ਉਧਰ ਜਸਵੰਤ ਪੱਪ ਵਾਲਾ ਤੇ ਸੁਖਵਿੰਦਰ ਸਿੰਘ ਜੀ ਬਿਲਕੁਲ ਢੋਲੇ ਵਾਲਾ ਉਹਨਾਂ ਵੱਲੋਂ ਸਾਡੇ ਅੰਗਰੇਜ਼ੀ ਨੂੰ ਅੱਜ 5,000 ਸਾਡੇ ਸਰਦਾਰ ਹਰਜੀਤ ਸਿੰਘ ਜੀ ਡਾਕਟਰ ਪੱਪੀ ਜੀ ਨੂੰ ਪਿਆਰ ਨਾਲ ਕਹਿੰਦੇ ਆ। ਬਹੁਤ ਸਰਦਾਰ ਦੇ ਮੱਤੀ ਸ਼ਖਸੀਅਤ ਵੱਡੀ ਹੈ ਵੱਡਾ ਮਾਣ ਹੈ ਫਿਰ ਕਬੱਡੀ ਦਾ। ਲੰਮੇ ਟਾਈਮ ਤੋਂ ਸੁੱਖੇ ਕੜਿਆਲ ਨੇ ਕਿਹਾ ਕੋਈ ਫੁੱਲ ਬਣਾ ਕੇ 25-30 ਸਾਲ ਤੋਂ 250-100 ਰੁਪਈਆ ਪ੍ਰਾਈਜ ਰੱਖ ਕੇ ਆਹ ਵੱਡਾ ਮੇਲੇ ਦੀ ਸ਼ੁਰੂਆਤ ਕੀਤੀ ਹੈ। ਇਹਦੇ ਸਰੇਰਾ ਵੱਲ ਦੀ ਪਾਈ ਹੋਈ ਰੇਡ ਛੇਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਆਓ ਕਹਿੰਦੇ ਤਗੜਾ ਨੰਬਰ ਰਾਜੂ ਸੁਨੇਹਾ ਸਭਰਾ ਮੇਲਾ ਸਫਲ ਆ।
ਇੱਕ ਚੜ੍ਹਦੀ ਕਲਾ ਵਾਲਾ ਜਕਾਰਾ ਲਾਈਏ, ਜਕਾਰੇ ਦਾ ਜਵਾਬ ਜਕਾਰੇ ਜਿਹੜੇ ਹੋ ਵੀਰੋ ਬੋਲੇ ਜਕਾਰੇ ਲੰਘਣਗੇ, ਜਕਾਰੇ ਲੰਘਣਗੇ ਅੱਜ ਦੇ ਕੋਈ ਸਹਿਣੇ ਵਾਲੇ ਵੀਰ ਨੇ ਇੱਕ ਕੁਇੰਟਲ ਦੇ 3 ਕਿਲੋ ਦਾ ਪੱਥਰ ਚੁੱਕਿਆ, ਉਹ ਦਰਸ਼ਕਾਂ ਦੀ ਗਿਣਤੀ ਵਿੱਚ ਚੱਕਰ ਲਾਵੇਗਾ, ਭਲਵਾਨ ਦਾ ਜ਼ਰੂਰ ਜਿਹੜਾ ਮਾਣ ਸਨਮਾਨ ਕਰਿਓ, ਸਹਿਣੇ ਵਾਲੇ ਸਾਡੇ ਭਰਾ ਦਾ ਜ਼ਰੂਰ ਸਨਮਾਨ ਕਰਿਓ, ਇਹਦੇ ਪੱਥਰ ਚੁੱਕਿਆ ਹੋਵੇ ਤਾਂ ਨਹੀਂ ਕਰਦੇ, ਜੇ ਸਿਲੰਡਰ ਚੁੱਕਿਆ ਹੋਗਾ ਇਹ ਮਗਰ ਮਗਰ ਫਿਰ ਕਰਦੇ, ਇਹ ਬੇਨਤੀ ਹੈ ਇਹ ਪੱਥਰ ਚੁੱਕਿਆ ਬੜਾ ਫਰਜ਼ ਲੱਗਦਾ ਹੈ, ਇਹ ਬੜਾ ਸਨਮਾਨ ਕਰੀਏ, ਕਿਉਂਕਿ ਕੁਝ ਪਾਰਟੀ ਦਿਖਾਇਆ ਸਾਰੇ ਵੀਰ ਸਾਡੇ ਵੱਡੇ ਵੀਰ ਹੋਰ ਧੰਨਵਾਦ ਕਰਦਾ ਬਾਬੂ ਸਿੰਘ ਜੀ ਤੇ ਸਾਧੂ ਸਿੰਘ ਜੀ ਸਤਿਕਾਰ ਦੇ ਯੋਗ ਨੇ, ਦਰਬਾਰੂ ਇਮੀਗ੍ਰੇਸ਼ਨ ਦੇ ਸਾਡੇ ਬਾਬੂ ਸਿੰਘ ਜੀ ਸਾਡੇ ਸਾਧੂ ਸਿੰਘ ਜੀ ਦਰਬਾਰੂ ਇਮੀਗ੍ਰੇਸ਼ਨ ਦਾ ਬੱਚਿਆਂ ਦਾ ਮਾਣ ਸਨਮਾਨ ਰੇਸ਼ਮ ਕਨੇਡਾ ਸਾਡਾ ਬਹੁਤ ਹੀ ਪਿਆਰਾ ਵੀਰ ਹੈ, ਉਹਦੇ ਵੱਲੋਂ ਹਰ ਪੂਰੀ ਹੈ, ਹੁਣ ਦੇਖਣਾ ਹੈ ਧੰਨਵਾਦ ਕਰਦੇ ਹਾਂ ਸਾਡੇ ਵੀਰ ਸਰਕਾਰ ਦੇ ਯੋਗ ਸਰਦਾਰ ਦਰਸ਼ਨ ਸਿੰਘ ਜੀ ਬੈਟਬਾਲ ਅਮਰੀਕਾ ਤੋਂ, ਜਿਹਨਾਂ ਵੱਲੋਂ ਵੇਲੇ ਅੱਜ ਦੇ ਵੇਲੇ ਤੇ ਗੁਰਬਖਸ਼ ਸਿੰਘ ਜੀ ਡੀਪੀ ਸਾਹਿਬ ਦਾ 11,000 ਦੀ ਮਨਪ੍ਰਸ਼ੀ ਦੇ ਨਾਲ ਜਲਦੀ ਤੋਂ ਜਲਦੀ ਗਰਾਊਂਡ ਦੇ ਨੇੜੇ ਨੇੜੇ
ਤਾਰੀ 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 ਤਾਰੀ
ਉਹ ਪਰ ਰਾਜਾ ਨੂੰ ਧੰਨਵਾਦ ਉਹ ਭੱਜ ਗਿਆ ਉਹ ਅੰਦਰ ਕਹਿੰਦੇ ਭੱਜ
ਦੋਸਤੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਪਈ ਹੈ ਤਾਂ ਮੇਰੇ ਚੈਨਲ ਮਾਈ ਡੈਸਟੀਨੇਸ਼ਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਆਪਦੇ ਦੋਸਤਾਂ ਨਾਲ। ਸਾਡੇ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਪ੍ਰਧਾਨ।
ਜੱਫਾ ਲੱਗ ਰਿਹਾ
ਮਣੀ ਮੇਰੇ ਪੰਜਾਬੀ ਵੀਰੋ ਮਣੀ ਜਗਦੀਪ ਸਿੰਘ ਜੀ ਮੰਤਰੀ ਚੱਕ ਜਾਨੀ ਸਾਡੀ ਟੀਮ ਦੇ ਪੈਣ ਜਿਹੜੇ ਤੇਰਾ ਤੇ ਮੋਗੇ ਦੇ ਪੈਣ ਸਾਢੇ ਸੋਲਾਂ ਮੋਗੇ ਦੀ ਟੀਮ ਜਿਹੜੀ ਫਾਈਟ ਆਉਗੀ ਐਕਸ਼ਨਾਂ ਵਾਲੇ ਬੱਚੇ ਐਕਸ਼ਨਾਂ ਵਾਲੇ ਬੱਚੇ ਇਮਤਾਰ ਸਿੰਘ ਕੋਸਰਾ ਖਨਿਆਲ ਵਾਲੇ ਪਲਵਾਨ ਸੁਖਦੇਵ ਹੋਰ ਹਰਮਨ ਹਰੀਪੁਰੀ ਦਾ ਪਾਲੀ